ਅਸਲਾਮ ਵਾਲੇਕਮ ਕੀ ਹਾਲ ਚਾਲ ਹੈ ਸਭ ਠੀਕ ਠਾਕ ਉਮੀਦ ਹੈ ਸਾਡੇ ਠੀਕ ਹੀ ਹੋਵਗੇ ਮੈਂ ਅੱਜ ਬਣਾ ਰਹੀਆਂ ਜੀ ਛੋਟੇ ਜਿਹੇ ਨਾ ਵਲੌਗ ਉਹ ਵੀ ਐਵੇਂ ਬੈਠੇ ਬੈਠੇ ਮੈਂ ਕਿਹਾ ਚਲੋ ਅੱਜ ਵਲੌਗ ਹੀ ਬਣਾ ਲੈਨੇ ਵਾਵਾ دیر ਹੋ ਗਈ ਕੋਈ ਵਲੌਗ ਨਹੀਂ ਬਣਾਇਆ ਉਠੀ ਸਵੇਰ ਨਮਾਜ਼ ਵਗੈਰਾ ਪੜੀ ਬੇਟੇ ਨੂੰ ਤਿਆਰ ਕੀਤਾ ਸਕੂਲ واسੇ ਤੇ ਰਾਤ ਨੂੰ ਉਹਨਾਂ ਦੇ ਪਾਪਾ ਨੇ ਉਹਨਾਂ ਨੂੰ ਖਵਾਇਆ ਸੀ ਪੀਜ਼ਾ ਤੇ ਉਹਨਾਂ ਨੂੰ ਕਿਤੇ ਛੋਟੇ ਨੂੰ ਹੋ ਗਿਆ ਹੈਜ਼ਾ ਤੇ ਉਹ ਵੋਮਿਟਾਂ ਤੇ ਮੋਸ਼ਨ ਵਗੈਰਾ ਉਹਨੂੰ ਲੱਗ ਗਿਆ ਉਹ ਤਿਆਰ ਹੋਇਆ ਮੈਂ ਕਿਹਾ ਦੋਨੇ ਜਾਣਾ ਨਹੀਂ ਸੀ ਸਕੂਲ ਇੱਕ ਛੋਟੇ ਨੇ ਬਸ ਜਾਣਾ ਸੀ ਉਹਨੂੰ ਵੀ ਮੈਂ ਕਾਰ ਲਮੇ ਪਾਇਆ ਮੈਂ ਕਿਹਾ ਚ ਚੁੱਪ ਕਰਕੇ ਫਿਰ ਤੂੰ ਸੋਇਆ ਯੂਨੀਫਾਰਮ ਲਾ ਲੈ ਤੇ ਚੱਲ ਜਾ ਕੇ ਸੌਂ ਵੱਡੇ ਬੇਟੇ ਨੂੰ ਨਾਲ ਲਿਆ ਮੈਂ ਕਿਹਾ ਚਲ ਪੁੱਤਰ ਅਸੀਂ ਤੇ ਵਾਕ ਕਰਕੇ ਆਏ ਅੱਜ ਵੈਦਰ ਬਹੁਤ ਨਾਈਸ ਏ ਰਵੇ ਤੇ ਜਾ ਕੇ ਅਸੀਂ ਥੋੜੀ ਵਾਕ ਹੀ ਕਰਕੇ ਆਈ ਤੇ ਮੈਨੂੰ ਫੋਲੋ ਲਾਈਕ لازਮੀ ਕਰ ਲੈਣਾ ਪਲੀਜ਼ ਮੈਨੂੰ ਫੋਲੋ ਲਾਜ਼ਮੀ ਕਰਨਾ ਅਸੀਂ ਕਿਨਾਨ ਨਦੀ ਚਲੇ ਗਏ ਵਾਕ ਰੰਨਾ ਸੇ ਰਸਤੇ ਚ ਪੁਲ ਵੀ ਆ ਸੀ ਬੜਾ ਸੋਨਾ ਲੱਗਦਾ ਸੀ ਜਦੋਂ ਪੁਲ ਤੋਂ ਲੰਘਦਾ ਸੀ ਨਾ ਬੰਦਾ ਇਨਸਾਨ ਨੂੰ ਥੋੜਾ ਡਰ ਵੀ ਲੱਗਦਾ ਹੈ ਰਾਵੇ ਤੇ ਸੀਨ ਵੀ ਬੜਾ ਪਿਆਰਾ ਲੱਗਦਾ ਹੈ ਰਾਵੇ ਅਸੀਂ ਵਾਕ ਵਗੈਰਾ ਕਰਕੇ ਮੈਂ ਤੇ ਮੇਰਾ ਬੇਟਾ ਵੱਡਾ ਸੀ ਤੋਂ ਉਹਨੇ ਵਾਕ ਕੀਤੀ ਵੋ ਕਰਕੇ ਸੀ ਘਾਰ ਆ ਗਏ ਘਾਰ ਆ ਕੇ ਅਸੀਂ ਬਣਾਏ ਐਗ ਦੋ ਦੋ ਉਬਾਲੇ ਸਰਦੀ ਬਹੁਤ ਜ਼ਿਆਦਾ ਸੀ ਲੇਕਿਨ ਵੈਦਰ ਬਾਰਿਸ਼ ਵਗੈਰਾ ਨਹੀਂ ਸੀ ਹਵਾ ਨਹੀਂ ਸੀ ਨਾਲ ਮੈਂ ਲਾਤੀ ਮਸ਼ੀਨ ਤੇ ਮੈਂ ਤੇ ਕਾਲਾ ਨਮਕ ਕਾਲੀ ਮਿਰਚ ਤੇ ਨਮਕ ਪਾਇਆ ਸੀ ਉਹ ਨਹੀਂ ਪੰਦਾ ਰੋਂਜੀ ਖਾਦੇ ਤੇ ਬਗੈ ਸਾਰੇ ਸੁੱਤੇ ਸਫੇ ਜਦੋਂ ਉੱਠੇ ਤੇ ਫਿਰ ਇਹ ਛੋਟੇ ਨੂੰ ਮੈਂ ਦਿੱਤਾ ਬਾਕਰਹਾਨੀ ਤੇ ਚਾਹ ਦੇ ਵਿੱਚ ਤੇ ਉਹਨਾਂ ਦਾ ਨਾਸ਼ਤਾ ਦੂਜਿਆਂ ਦਾ ਬਣਾਇਆ ਫਿਰ ਮੈਂ ਬਰਤਨ ਧੋਤੇ ਇੱਕ ਇੰਨਾ ਖਲਾਰਾ ਬਰਤਨਾਂ ਦਾ ਹੋ ਜਾਂਦਾ ਹੈ ਦੇਖੋ ਜਰਾ ਤੇ ਨਾਲ ਚੁੱਲਾ ਵੀ ਵੇਖੋ ਕਿਹੋ ਜਿਹਾ ਹੋ ਜਾਂਦਾ ਸਾਰੇ ਬਰਤਨ ਧੋਤੇ ਚੁੱਲਾ ਸਾਫ ਕੀਤਾ ਇਹਨਾਂ ਸਾਰਿਆਂ ਨੂੰ ਘੜਕੁਰ ਕੇ ਤੇ ਥੋੜੀ ਦੇਰ ਫਿਰ ਮੈਂ ਬੈਠੀ ਰਾਮ ਨਾਲ ਮੈਂ ਕਿਹਾ ਚਲੋ ਥੋੜਾ ਮੈਂ ਵੀ ਰੈਸਟ ਕਰ ਲਾ ਤੇ ਬਾਹਰ ਵੈਦਰ ਵੇਖੋ ਇੱਕੋ ਦਮ ਇੰਨੀ بارش ਸ਼ੁਰੂ ਹੋ ਗਈ ਬਹੁਤ ਜ਼ਿਆਦਾ بارش ਸ਼ੁਰੂ ਹੋ ਗਈ ਪੂਰਾ ਦਿਨ ਹੀ ਫਿਰ ਨਾ ਇੱਕ ਸਾਫ ਦੀ بارش ਰਹੀ بارش ਸ਼ੁਰੂ ਕੀ ਨਹੀਂ ਹੈ ਰਾਤ ਤੱਕ ਨਹੀਂ ਸੀ ਰੁਕੀ ਇਹਦੀ بارش ਤੇ ਮੈਂ ਬਣਾ ਲੀ ਜੀਆਂ ਹਾਂਡੀ ਤੇ ਮੈਂ ਕਿਹਾ ਚਲੋ ਮੈਂ ਨਾਲ ਹੀ ਧਰ ਦੇਣੀ ਹੈ ਜੀਆਂ ਚਿਕਨ ਵੀ ਮੈਂ ਕਾਫੀ ਟਾਈਮ ਹੋ ਗਿਆ ਸੀ ਮੇਰੇ ਹਾਂ ਨਾ 3-4 ਦਾ ਟਾਈਮ ਹੋ ਗਿਆ ਸੀ ਤੇ ਮੈਂ ਥੋਮ ਗੰਡਾ ਅਦਰਕ ਤੇ ਟਮਾਟਰ ਸਾਰਾ ਕੁਛ ਇਹਨਾਂ ਥੋਮ ਤੇ ਅਦਰਕ ਨੂੰ ਮੈਂ ਕਟੇ ਲਿਆ ਸੀ ਬਗਾਇ ਮੈਂ ਸਾਰਾ ਕੁਛ ਪਾ ਕੇ ਨਾ ਤੇ ਇੱਕ ਗਲਾਸ ਪਾਣੀ ਦੇ ਨਾਲ ਪਾਤਾ ਤੇ ਜਦੋਂ ਪਾਣੀ ਅੱਧਾ ਸੁੱਕ ਗਿਆ ਸੀ ਤੇ ਫਿਰ ਲੂਣ ਮਿਰਚ ਹਲਦੀ ਲੂ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਅੱਧਾ ਚਮਚਾ ਮੈਂ ਪਾਇਆ ਸੀ ਪੀਸੇ ਸੁਕਿੱਟਨੀ ਦਾ ਪਾਊਡਰ ਤੇ ਜੀਰੇ ਦਾ ਵੀ ਅੱਧਾ ਚਮਚਾ ਪੀਸੇ ਹੋਏ ਦਾ ਪਾ ਕੇ ਤੇ ਮੈਂ ਚਮਚਾ ਚੰਗੀ ਤਰ੍ਹਾਂ ਹਿਲਾ ਕੇ ਤੇ ਉਹਦੇ ਉੱਤੇ ਫੇਰ ਟੱਕਰ ਰੱਖ ਦਿੱਤਾ ਤਾਂ ਕਿ ਉਹਨੇ ਦਾ ਪ੍ਰੋਪਰ ਪਾਣੀ ਡਰਾਈ ਹੋਏ ਆਵੇ ਤੇ ਜੇ ਕੁਝ ਪਾਣੀ ਡਰਾਈ ਹੋਇਆ ਤੇ ਮੈਂ ਇੱਕ ਕੱਪ ਫੜਿਆ ਤੇਲ ਦਾ ਤੇ ਮੈਂ ਵਿੱਚ ਸੁੱਟਿਆ ਤੇ ਹੁਣ ਮੈਨੂੰ ਚੰਗੀ ਤਰ੍ਹਾਂ ਨਾਲ 5 ਕੁ ਮਿੰਟ ਭੁੰਨਾਗੇ ਤਾਂ ਕਿ ਓਇਲ ਪ੍ਰੋਪਰ ਉੱਤੇ ਆ ਜਾਵੇ ਤੇ ਮਸਾਲਾ ਚੰਗੀ ਤਰ੍ਹਾਂ ਹੰਦਾ ਪੁੰਚ ਜਾਏ ਐਵੇਂ ਕੋ ਮਸਾਲਾ ਚੰਗੀ ਤਰ੍ਹਾਂ ਪੁੰਚ ਗਿਆ ਤੇ ਮੈਂ ਲਿਆਂਈਆਂ ਸਨ ਦੋ ਮੁਰਗੀਆਂ ਇੱਥੇ ਤੇ ਮੁਰਗੀਆਂ ਦੇ ਹਿਸਾਬ ਨਾਲ ਹੁੰਦਾ ਪਾਕਿਸਤਾਨੀ 1.5 ਕਿਲੋ ਲਾ ਲਵੋ ਤੇ ਦੋ ਮੁਰਗੀਆਂ ਨਹੀਂ ਆ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਪਹਿਲੇ ਮੈਂ ਫਿਰ ਉਹਨਾਂ ਨੂੰ ਵਿੱਚ ਸੁੱਟਿਆ ਤੇ ਮੈਂ ਮੀਡੀਅਮ ਅਗ ਘਰ ਦਿੱਤੀ ਤਾਂ ਕਿ ਮੁਰਗੀਆਂ ਆਪਣਾ ਪਾਣੀ ਖੁਦ ਛੱਡਣ ਦੇਖਿਆ ਕਿੰਨਾ ਪਾਣੀ ਛੱਡਿਆ ਸੀ ਤੇ ਹੁਣ ਦੇਖੋ ਪਾਣੀ ਖਤਮ ਹੋ ਗਿਆ ਰਵੇ ਮੈਂ ਚੰਗੀ ਤਰ੍ਹਾਂ ਇਹਨੂੰ 10 ਮਿੰਟ ਭੁੰਨਿਆ ਭੁੰਨਣ ਤੋਂ ਬਾਅਦ ਮੈਂ ਇਹਦੇ ਵਿੱਚ ਇੱਕ ਗਲਾਸ ਤਕਰੀਬਨ ਅੱਧਾ ਕਿਲੋ ਪਾਣੀ ਦਾ ਪਾਤਾ ਸੀ ਤੁਸੀਂ ਸ਼ੋਰਬਾ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਤੁਸੀਂ ਜਿੰਨਾ ਪਸੰਦ ਕਰਦੇ ਹੋ ਉਹਨਾਂ ਰੱਖ ਲੈਣਾ ਤੇ ਨਾਲ ਹੀ ਮੈਂ ਧਨੀਆ ਤੇ ਹਰੀਆਂ ਮਿਰਚਾਂ ਪਾਤੀਆਂ ਤੇ ਨਾਲ ਹੀ ਸਾਬਤ ਜ਼ੀਰੇ ਦਾ ਇੱਕ ਚਮਚਾ ਪਾਤਾ ਸੀ ਮੈਂ ਗਰਮ ਮਸਾਲਾ ਜ਼ਿਆਦਾ ਨਹੀਂ ਯੂਜ਼ ਕਰਦੀ ਈ ਤੇ ਮੈਂ ਇਹਨੂੰ ਫੇਰ ਜਦੋਂ ਪਕਣਾ ਸ਼ੁਰੂ ਹੋਇਆ ਤੇ ਮੀਰੀ ਮੱਗ ਤੇ ਰੱਖ ਦਿੱਤਾ ਨਾਲ ਦੇਸੀ ਰੱਖ ਦਿੱਤੀ ਚਾਹ ਤੇ ਹੁਣ ਮੈਂ ਲੈ ਕੇ ਆਈ ਸਟੈਸਕੋ ਤੋਂ ਇਹ ਬਰਤਨ ਸੁਕਾਉਣ ਵਾਲਾ ਮੈਂ ਕਿਹਾ ਸਟੈਂਡ ਵਾ ਵਧੀਆ ਲੱਗਾ ਐ ਸੀ ਤੇ ਮੈਨੂੰ ਚੰਗਾ ਲੱਗਾ ਤੇ ਮੈਂ ਫੇਰ ਲੈ ਕੇ ਆਈ ਸਟੈਸਕੋ ਤੋਂ ਮੈਂ ਕਿਹਾ ਚਲ ਬਰਤਨ ਧੋ ਤੋ ਕਹਿੰਦੇ ਚ ਰੱਖ ਦਵਾਂਗੀ ਤੇ ਜਦੋਂ ਸੁੱਕ ਜਾਣਗੇ ਤੇ ਉਹ ਬੰਦਾ ਚੁੱਕ ਲੈਂਦਾ ਰਵੇ ਤਾਂ ਪਾਣੀ ਨਿਕਲਦਾ ਵੀ ਸਟੈਂਡ ਇਹ ਰੀਆ ਤੇ ਇਹਦਾ ਵਿਚਕਾਰ ਲੱਗੀ ਇਹ ਚੀਜ਼ ਲੱਗੀ ਜਿੱਥੋਂ ਤੁਸੀਂ ਉਤੋਂ ਚੁੱਕ ਲੈਣਾ ਤੇ ਪਾਣੀ ਡੋੜ ਜਾਏਗਾ ਸਾਰਾ ਨਾ ਮੋੜੀ ਬਣੀ ਹਾਂ ਢੀਤੋ ਬਾਅਦ ਫੇ ਬਰਤਨ ਤੋਤੇ ਨਾਲ ਚਾਹ ਬਣਾਈ ਮੈਂ ਤੇ ਮੇਰੇ ਹਸਬੰਦ ਨੇ ਬੈ ਕੇ ਅਸੀਂ ਚਾਹ ਪੀਤੀ ਐ ਮੈਂ ਮਗਾਇਆ ਸੀ ਟਿਕਟੋਕ ਤੋ ਬੜਾ ਵਧੀਆ ਰਵੇ ਵੈਸੇ ਇਹਨਾਂ ਮੈਨੂੰ ਬਹੁਤ ਸੋਖੇ ਰਾਵੇ ਇਹਦੇ ਸ਼ਾਪਰ ਲਾ ਦੋ ਤੇ ਜੇ ਸਾਰਾ ਕੁਕਿੰਗ ਦਾ ਸਮਾਨ ਰਾਮ ਨਾ ਰੱਖ ਦੋ ਉਹ ਮੈਂ ਰੱਖਣ ਤੋਂ ਬਾਅਦ ਤਾਂ ਹਾਂਡੀ ਵੀ ਮੇਰੀ ਪੱਕ ਗਈ ਸੀ ਤੇ ਮੈਂ ਫਿਰ ਆਟਾ ਗੁੰਨੇ ਕਿਉਂਕਿ ਮੇ ਕੋ ਆਟਾ ਮਸ਼ੀਨ ਐ ਮੈਂ ਹੱਤ ਨਾਲ ਨਹੀਂ ਗੁੰਨ ਸਕਦੀ ਮੈਨੂੰ ਬੜੀ ਦਰਦ ਹੁੰਦੀ ਐ ਤਾਂ ਚ ਆਟਾ ਗੋਨੇ ਕੇ ਤੇ ਮੈਂ ਨੂੰ ਫ੍ਰੀਜ ਚ ਰੱਖਿਆ ਸਾਰਾ ਮੈਂ ਸਫਾਈ ਕੀਤੀ ਹਾਂਡੀ ਵੇਖੋ ਮੇਰੀ ਬੜੀ ਸੋਹਣੀ ਪੱਕ ਗਈ ਸੀ ਥੋੜਾ ਬੁੱਤਾ ਤੁਹਾਨੂੰ ਲੱਗਦਾ ਹਨ ਚੁੱਲੇ ਤੇ ਉਹ ਮੇਰੇ ਕੋਲ ਚਾਰ ਉੜ ਗਈ ਏਰੀ ਸੀ ਤੇ ਬਾਅਦ ਚ ਫੇ ਮੈਂ ਚੁੱਲਾ ਸਾਫ ਕਰਾਂਗੇ ਹੁਣ ਤੇ ਮੈਂ ਜਰਾ ਦੂਜੇ ਕੰਮ ਨਬੀਲਾ ਤੇ ਬਾਹਰ ਇੰਨਾ ਰਾਤ ਹੋ ਗਈ ਸੀ ਟਾਈਮ ਇੰਨਾ ਹੈ ਕੋਈ ਨਹੀਂ ਪੰਜ ਦਾ ਟਾਈਮ ਸੀ ਲੇਕਿਨ ਐਂਜ ਲੱਗਦਾ ਸੀ ਜਿਵੇਂ ਪਤਾ ਨਹੀਂ ਕਿੰਨੀ ਰਾਤ ਹੋ ਗਈ ਤੇ ਉਮੀਦ ਹੈ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਹੋਵੇਗਾ ਓਕੇ ਜੀ ਅੱਲਾ ਹਫਿਜ਼ ਇਨਸ਼ਾਅੱਲਾ ਫੇਰ ਦੁਬਾਰਾ ਮਿਲਾਂਗੇ